ਇੱਥੇ ਚੱਲ ਰਿਹਾ ਕਾਈਟ ਚੈਲੰਜ ਐਂਦਾ ਐਂਦਾ ਤੇ ਕਿੱਧਰ ਗਿਆ ਤੂੰ ਓ ਪ੍ਰਿੰਸ ਪ੍ਰਿੰਸ ਮੰਗ ਤੇ ਨੈਕਸਟ ਵੀਕ ਵੀ ਆਣ ਵਾਲੇ ਬਹੁਤ ਸੋ ਹੈਲੋ ਜੀ ਵੈਲਕਮ ਟੂ ਅਵਰ ਨਿਊ ਵਲੌਗ ਕਿੱਦਾਂ ਸਾਰੇ ਅੱਧਾ ਵਲੌਗ ਨਾਲ ਸਟਾਰਟ ਕਰ ਕਰੋ ਸੋ ਵਲੌਗ ਬਹੁਤ ਜ਼ਿਆਦਾ ਸਪੈਸ਼ਲ ਹੋਣ ਵਾਲਾ ਵਲੌਗ ਨੂੰ ਸਟਾਰਟ ਹੁੰਦੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਸੋ ਅਸੀਂ ਨੈਕਸਟ ਸਾਡਾ 200 1500 ਸਬਸਕ੍ਰਾਈਬਰ ਦਾ ਟਾਰਗੇਟ ਹੈ ਸੋ ਇਹ ਜਲਦੀ ਤੋਂ ਜਲਦੀ ਕੰਪਲੀਟ ਹੋਵੇ ਤੇ ਫਿਰ ਅਸੀਂ ਕਾਸ਼ ਦਾ ਗਿਵਅਵੇ ਕਰਾਂਗੇ ਸੋ ਮੈਂ ਦੱਸ ਰਿਹਾ ਤੇ ਕਾਸ਼ ਦਾ ਗਿਵਅਵੇ ਅਸੀਂ ਜ਼ਰੂਰ ਕਰਾਂਗੇ ਜ਼ਿਆਦਾ ਤੋਂ ਜ਼ਿਆਦਾ ਬਸ ਸਬਸਕ੍ਰਾਈਬ ਕਰਨਾ ਸਬਸਕ੍ਰਾਈਬਰ ਵਿੱਚ ਸਿਲੈਕਟ ਹੋਣਗੇ ਤੇ ਆਪਣਾ ਇੱਥੇ ਸ਼ੀਰੋ ਭਾਉ ਬੈਠਾ ਹੋਇਆ ਕਿਵੇਂ ਸ਼ੀਰੋ ਬੱਗੂ ਤੇ ਬਾਕੀ ਪ੍ਰਿੰਸ ਬਾਰੇ ਆਇਆ ਹਰੇ ਆਇਆ ਪ੍ਰਿੰਸ ਕਹਿੰਦਾ ਸੀ ਵਲੌਗ ਬਣਾ ਲੈਂਦੇ ਆਪਾਂ ਤੇ ਪ੍ਰਿੰਸ ਅਤੇ ਅੱਜ ਮੇਰਾ ਇਗਜ਼ਾਮ ਸੀਗਾ ਤਾਂ ਬਹੁਤ ਬੇਕਾਰ ਇਗਜ਼ਾਮ ਹੋਇਆ ਚਲੋ ਉਹ ਖੈਰ ਛੱਡੋ ਸੋ ਤੱਕ ਮੇਰਾ ਡਨ ਆ ਆਹ ਕਰੀਨਾ ਪ੍ਰਿੰਸ ਉਹ ਕਿਵੇਂ ਹਨ ਮੋਲ ਇੰਨੇ ਦਿਨਾਂ ਬਾਅਦ ਦਰਸ਼ਨ ਦਿੱਤੇ ਆ ਕੀ ਹਾਲ ਹੈ ਪਤੰਗ ਅਟਕੰਦੀ ਸਿਚੁਏਸ਼ਨ ਚ ਵਧੀਆ ਤੂੰ ਕਿਵੇਂ ਪ੍ਰਿੰਸ ਬਾਬੂ ਵਧੀਆ ਸੁਣ ਗਿਆ ਸੀ ਅੱਜ ਚਲ ਸ਼ੁਕਰ ਹੈ ਪੜਨ ਲੱਗਾ ਲੈ ਆ ਕਿੰਦਾ ਪਤੰਗ ਵੜਵਾ ਦਾ ਲੁੱਟਿਆ ਓਏ ਹਾਂ ਨਾ ਅੱਧੇ ਕੋਲ ਵਾਦੀ ਪਤੰਗ ਪਏ ਲੈ ਮੈਂ ਮੇਰਾ ਜਿੰਨੇ ਗੱਲ ਦਾ ਵੱਲੋਂ ਦੇਖਿਆ ਹੋਊਗਾ ਉਹਨਾਂ ਦੇ ਵਿੱਚ ਮੈਂ ਕਿਹਾ ਸੀ ਇੱਥੇ ਪਤੰਗ ਬਹੁਤ ਅਟਕੇ ਹੋਏ ਤੇ ਅੱਜ ਆ ਬੇਲ ਹੀ ਕੱਟਤੀ ਬੇਰੀ ਜੀ ਛੋਟੀ ਕਰਤੀ ਜਮੀ ਤੁਹਾਡਾ ਪਤੰਗ ਆ ਗਿਆ ਕਿ ਨਹੀਂ ਆਇਆ ਕੀ ਬਣ ਗਿਆ ਆ ਗਿਆ ਯਾਰ ਉਹ ਦੂਸਰਾ ਪਤੰਗ ਟੱਕ ਗਿਆ ਸੀ ਉਹ ਦੇਖੋ ਸੁੰਦਰੀਆ ਝੁੱਲੇ ਚਟਕ ਗਿਆ ਸੀਗਾ ਅੱਛਾ ਦਿਖੀ ਫਿਰ ਵੀ ਨਹੀਂ ਹੁੰਦਾ ਵਿੱਚ ਨਾ ਕਾਈਟਸ ਵਗੈਰਾ ਪਏ ਆ ਪਰ ਲਿਆਉਣ ਦਾ ਮਨ ਨਹੀਂ ਕਰਦਾ ਕਿਉਂਕਿ ਇਹਨੇ ਡਾਏ ਤੇ ਜਾਣੇ ਨਹੀਂ ਤੇ ਚੱਕੜੀ ਚੱਕ ਲਿਆ ਪਿੱਛੇ ਪੁੱਛੇ ਲਾਵਾਂਗੇ ਚੱਕ ਲਿਆ ਜਰਾ ਖੜੀ ਚੜਾਈ ਪ੍ਰਿੰਸ ਦੀ ਐ ਛੋਟੇ ਮੋਟੀ ਗੱਲ ਥੋੜੀ ਨਾ ਆਣਾ ਵੀ ਪ੍ਰਿੰਸ ਪ੍ਰਿੰਸ ਕੋਲ ਪੱਕੀ ਡੋਰ ਐ ਕਿੰਨੇ ਕ ਪੱਕੀ ਡੋਰ ਐ ਵੈਸੇ ਤੇਰੇ ਕੋਲੇ ਕਿੱਥੇ ਸੰਤਰੀ ਉਹ ਵਿਆ ਇਹਦਾ ਦੱਸ ਤੇਰੇ ਕੋਲ ਕਿੰਨੇ ਕ ਪੱਕੀ ਡੋਰ ਐ ਉਹ ਤੇਰੀ ਆ ਤੂੰ ਆ ਡੋਰ ਨਾਲ ਡਾਇਆ ਸੀ ਬਸੰਤ ਤੇ ਆ ਜਿਹੜੀ ਪਈ ਐ ਨਾ ਹੋਰ ਮੈਂ ਤਾਂ ਤਾਗੇ ਨਾਲ ਡਾਇਆ ਸੀ ਕਿਵੇਂ ਵੱਡ ਵੱਡ ਦਿੱਤੇ ਸੀ ਇਹ ਹਾਂ 6-7 ਅੱਡੇ ਸੀ ਨਾ ਕਰਾ ਕੋਲ ਪੁਲਿਸ ਆ ਗਈ ਸੀ ਅੱਛਾ ਛੱਡ ਲੈ ਤੇਰੀ ਟੇਪ ਆ ਕੀ ਚੱਕਰ ਆ ਦੇਖੋ ਕੀ ਚੱਕਰ ਆ ਲੈ ਬਈ ਸਾਡਾ ਪਤੰਗ ਉੱਡਣ ਜਾ ਰਿਹਾ ਤੇ ਮੈਂ ਕਹਿੰਦਾ ਸਾਰੇ ਪਤੰਗ ਵੱਢ ਕੇ ਜਾਵਾਂਗੇ ਉਹਨੂੰ ਲੈ ਗੱਟੂ ਲੈ ਵਲੌਗ ਜੇ ਮੈਂ ਕਹਾਂ ਨਾ ਪਤੰਗ ਫਾੜ ਦੇ ਤੇਰਾ ਹੁਣੇ ਫਾੜ ਜੂਗਾ ਮੈਨੂੰ ਇੰਨਾ ਪਤਾ ਬਸੰਤ ਆ ਦੇ ਲੈ ਮੈਂ ਅਜੇ ਨਾਮ ਹੀ ਲਿੱਤਾ ਤੇ ਕ੍ਰੈਸ਼ ਹੋ ਗਿਆ ਬਸੰਤ ਤੇ ਮੈਂ ਜੋ ਕਿਹਾ ਸੀ ਉਹੀ ਹੈ ਸਟਾਰਟਿੰਗ ਤੇ ਮੈਂ ਕਿਹਾ ਪਤੰਗ ਪਾੜ ਦੇ ਮੈਂ ਕਹਿੰਦਾ ਪਾਟ ਗਏ ਸੀ ਦੇਖ ਲੈ ਇਹ ਇਹ ਨਹੀਂ ਉੱਡਦਾ ਵੀ ਕੀਤੀ ਜੇ ਰੋਹਿਤ ਨੇ ਬੋਲੇ ਨਾ ਪਤੰਗ ਪਾੜ ਦੂ ਤੁਹਾਡੇ ਹਾਂ ਜ਼ਿਆਦਾ ਬੋਲੂਗਾ ਤਾਂ ਮੈਂ ਕਹਿ ਦੂੰਗਾ ਪਤੰਗ ਫਾੜ ਦੇਣਾ ਆ ਕਹਿੰਦਾ ਪਤੰਗ ਹੈ ਚਲ ਫਿਰ ਨਹੀਂ ਕਹਿੰਦਾ ਮੈਨੂੰ ਫਿਰ ਇਦਾਂ ਹੁੰਦਾ ਤਾਂ ਫਿਰ ਮੈਂ ਕਹਿ ਦਿੰਦਾ ਪਾਟ ਦੇ ਮਨ ਵਿੱਚ ਤਾਂ ਸੋਚਿਆ ਸੀ ਨੇ ਲੈ ਪਾਟ ਗਿਆ ਮਨ ਵਿੱਚ ਸੋਚਿਆ ਸੀ ਰੋਣਾ ਪਈ ਹੁਣ ਰੋਣ ਲੱਗ ਜਾਣਾ ਹੁਣ ਤੂੰ ਨਹੀਂ ਹੁਣ ਨਹੀਂ ਰੰਦਾ ਕਰ ਪੇ ਚਲਾਏਗਾ ਹੁਣ ਤੂੰ ਆਪਾਂ ਤਾਂ ਪੇਚਾ ਲਾਣੇ ਆ ਆਪਾਂ ਪੇਚਾ ਲਾਣੇ ਤੇਰਾ ਪਤੰਗ ਕਿੱਧਰ ਗਿਆ ਤੇਰਾ ਪਤੰਗ ਕਿੱਧਰ ਗਿਆ ਓਏ ਆ ਦੇਖੋ ਪਤੰਗ ਹੀ ਆ ਗਈ ਯਾਰ ਮੈਂ ਅਜੇ ਨੀਲਾ ਵਾਲਾ ਕਾ ਵਧਾ ਲੈਂਦੇ ਜਿਹੜੇ ਖਿੱਚ ਮਾਰ ਨਹੀਂ ਤੈਨੂੰ ਤੂੰ ਜਮਾ ਹੀ ਤਾਰ ਲਿਆ ਬਾਕੀ ਗਿਵਵੇ ਵਾਸਤੇ ਹੁਣ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਟਾਰਟ ਕਰ ਦਿਓ 1500 ਤੇ ਗਿਵਵੇ ਦਵਾਂਗੇ ਤੇ ਨੈਕਸਟ ਵੀ ਗਿਵਵੇ ਆਉਣ ਵਾਲੇ ਬਹੁਤ ਜ਼ਿਆਦਾ ਸਪੈਸ਼ਲ ਉਹ ਤੁਹਾਨੂੰ ਅੱਗੇ ਜਾ ਕੇ ਪਤਾ ਲੱਗ ਹੀ ਜਾਣਗੇ ਜਿਵੇਂ ਹੁਣ ਦਿੱਤਾ ਉਹ ਵੀ ਦਵਾਂਗੇ ਸੋ ਤਸੱਲੀ ਤਾਂ ਹੋਊਗੀ ਹੋਣੀ ਇੱਕ ਵਾਰੀ ਕਈਆਂ ਨੂੰ ਜਿਨ੍ਹਾਂ ਨੇ ਕਮੈਂਟ ਕੀਤੇ ਸੀ ਵੀ ਨਹੀਂ ਦੇਣਾ ਤੂੰ ਤੇ ਵੈਸੇ ਕਿਸ ਦਾ ਕਮੈਂਟ ਐਵੇਂ ਨਹੀਂ ਆਇਆ ਸੀ ਉਹਨੇ ਇਹ ਕਿਹਾ ਸੀ ਤੂੰ ਕੀ ਤੁਸੀਂ ਕੀ ਦਊਂਗੇ ਤੁਹਾਡੇ ਕੋਲ ਆਪਦੇ ਕੋਲੇ ਹੈ ਨਹੀਂ ਲੈ ਹੁਣ ਕਿਹਦੇ ਨਾਲ ਪੇਚਾ ਲਾਉਣ ਦੀ ਤਿਆਰੀ ਹੈ ਫਿਰ ਤੇਰੀ ਉਹ ਇੱਧਰੋਂ ਮਾਰ ਖਿੱਚੀ ਲਿਆ ਆਂਦਾ ਰਾਊਂਡ ਆਂਦਾ ਵੜ ਦੇ ਲਾ ਵੇਚਾ ਯਾਰ ਵੜਾ ਦੇ ਵਾਈ ਪ੍ਰਿੰਸ ਦਾ ਕਰੋ ਕਰੀ ਇੱਕ ਵਾਰੀ ਵੜਦਾ ਹੁਣ ਫਿਰ ਕੀ ਕਰਨਾ ਕੀ ਚੰਨ ਕਹਿਣਾ ਕੀ ਚਾਹਨਾ ਤੂੰ ਲੱਡੂ ਬਣਾਓ ਯਾਰ ਕਿਵੇਂ ਗਰਮੀ ਆ ਗਈ ਕੇ ਹਾਂ ਚਲ ਵਧੀਆ ਉਹ ਤੇਰਾ ਕੋਟ ਤਾਂ ਨਹੀਂ ਪਿਓ ਵੱਡਾ ਪਾ ਵੱਡਾ ਜਾ ਕਿਤੇ ਕੋਟ ਲਾ ਕੇ ਰੱਖ ਰੱਖਿਆ ਹੋਈ ਉਹ ਚੱਲ ਓਏ ਕੀ ਆਪਾਂ ਲਾਉਂਦੇ ਘਰੇ ਘਰੇ ਯਾਰ ਚਲ ਬੈਟਰ ਹੋਈ ਤੇ ਯਾਰ ਮੈਂ ਕਹ ਲੋ ਬੇਟਾ ਘਰੇ ਘਰੇ ਲਾਓ ਸਾਰੇ ਵਿੱਚੇ ਲੈ ਉਤਾਰ ਫਿਰ ਚਲ ਮੈਂ ਉਤਾਰ ਦਿੰਦਾ ਉੱਪਰ ਕਰ ਗਈ ਤਾਰੀ ਬਾਈ ਸੋਚੋ ਗਲਤੀ ਦਾ ਮੈਂ ਪੇਚਾ ਲਾਣ ਲੱਗਾ ਸੀ ਪਰ ਅਨਮੋਲ ਰੋ ਪਿਆ ਕਹਿੰਦਾ ਮੈਂ ਨਾ ਯਾਰ ਮੇਰਾ ਪਤੰਗ ਨਾ ਵੜਵਾ ਦੀ ਸਾਰੀ ਡੋਰ ਪੈਰਾਂ ਚ ਉੱਜਣ ਲੱਗ ਜਾਂਦੀ ਹੈ ਯਾਰ ਉਹ ਲਾਟਾ ਪੇਚਾ ਪਤੰਗ ਆਊਗਾ ਓਏ ਪ੍ਰਿੰਸ ਪ੍ਰਿੰਸ ਪਤੰਗ ਆਊਗਾ ਓਏ ਪ੍ਰਿੰਸ ਪਤੰਗ ਆਊਗਾ ਪਤੰਗ ਲੈ ਉਹ ਪਹਿਲਾਂ ਹੀ ਤਿਆਰ ਹੈ ਲੁੱਟਣ ਨੂੰ ਉਹ ਜਾਂਦੀ ਪਰੀ ਆ ਜਾ ਇੱਧਰ ਆ ਜਾ ਕਿੱਧਰ ਚੱਲਣੀ ਹੈ ਓਏ 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 ਓਏ
ਓ ਪ੍ਰਿੰਸ ਪ੍ਰਿੰਸ ਪੰਜਾ ਫੜ ਲਈ ਅਣਮੋਲ ਨੇ ਓ ਨਹੀਂ ਬੜੀ ਨਹੀਂ ਬੜੀ ਓ ਮਾਈ ਕਿਵੇਂ ਪਤੰਗ ਪਿੱਛੇ ਲੜਦੇ ਭਾਈ ਸਾਹਿਬ ਓਏ ਜਾਣੀ ਪ੍ਰਿੰਸ ਕੋਲ ਜਿਵੇਂ ਪਤੰਗ ਲੜਕਾਦਾ ਪ੍ਰਿੰਸ ਨਾਲ ਧੱਕਾ ਹੋਇਆ ਕੀ ਹੋ ਗਿਆ ਪ੍ਰਿੰਸ ਨੂੰ ਕਿ ਦਿੱਤਾ ਪ੍ਰਿੰਸ ਨੂੰ ਕਿ ਦਿੱਤਾ ਓਏ ਪ੍ਰਿੰਸ ਨੂੰ ਕਿ ਦਿੱਤਾ ਤੇ ਉਹਦੇ ਕੋਲ ਹੈਗਾ ਤਾਂ ਹੁੰਦਾ ਅੱਛਾ ਪ੍ਰਿੰਸ ਡਰ ਗਿਆ ਪ੍ਰਿੰਸ ਡਰਾਦਾ ਫਿਰ ਤੈਨੂੰ ਲਾ ਦੇ ਮਾਰ ਖਿੱਚ 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 ਓਏ ਵੜਤਾ ਪ੍ਰਿੰਸ ਦਾ ਓਏ ਤੇਰੀ ਪਰੀ ਫਾੜਤੀ ਹੋਏ ਉਹਨੇ ਵਾਹ ਰੋਣ ਲੱਗ ਜਾਣਾ ਸੀ ਹੁਣ ਇਹਨੇ ਦੂਰ ਜਾਊਗਾ ਪ੍ਰਿੰਸ ਦੂਰ ਜਾਓ ਚੱਲ ਓਏ ਵੱਢ ਵੀ ਦਿੱਤਾ ਇਹ ਬਸੰਤ ਟੱਪ ਗਈ ਇਸ ਤੋਂ ਅਗਲੀ ਬਸੰਤ ਬਹੁਤ ਤਗੜੇ ਤਗੜੇ ਪਲੈਨ ਆਉਣ ਦੇ ਵਾਸਤੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਦਿਓ ਅਤੇ ਬਾਕੀ ਯਾਰ ਮੇਰਾ ਮੈਥ ਦਾ ਇਗਜ਼ਾਮ ਆਉਣ ਵਾਲਾ 10 ਦਿਨਾਂ ਬਾਅਦ ਹੈ ਛੁੱਟੀਆਂ ਵੈਸੇ 10 ਦਿਨਾਂ ਦੀਆਂ ਫਾਈਨਲ ਇਗਜ਼ਾਮ ਮੈਥ ਦਾ ਪਰ ਫਿਰ ਵੀ ਤੋ ਸੋ ਹੁਣ ਪੜ੍ਹਨ ਜਾਣਾ ਸੀ ਅਤੇ ਇੱਧਰ ਦੇਖ ਲਓ ਹਜੇ ਫੇਚੇ ਲਾਈ ਜਾਂਦੇ ਜੇ ਉਹ ਕਿੱਧਰ ਗਿਆ ਅਨਮੋਲ ਕਿੱਧਰ ਭੱਜ ਗਿਆ ਦੂਰ ਜਾਊਗਾ ਤਾਂ ਲੈ ਵੀ ਅਨਮੋਲ ਡਾ ਫਿਰ ਤੇਰਾ ਵੀ ਲੱਗਣੀ ਜਾਊਗਾ ਓ ਗਾਇਸ ਫੜੀ ਚੁੱਕਿਆ ਪਤੰਗ ਬਸ ਅਨਮੋਲ ਬਾਲਾ ਧੱਕਾ ਹੋਇਆ ਬਾਈ ਤੇਰੇ ਨਾਲ ਉੱਤਰ ਹੋਈ ਜਾਂਦਾ ਵਿਚਾਰਾ ਯਾਰ ਅੰਦਰ ਅੰਦਰ ਮਤਲਬ ਬਾਲਾ ਦੁੱਖਾ ਵਿਚਾਰੇ ਨੂੰ ਯਾਰ ਮੈਂ ਡਾਊਂਗਾ ਹੁਣ ਮੈਂ ਡਾਊਂਗਾ ਕਿੰਨਾ ਵੱਡਿਆ ਓਏ ਪ੍ਰਿੰਸ ਵਿਚਾਰਾ ਲੁੱਟਣ ਤੇ ਹੀ ਰਹਿੰਦਾ ਅਨਮੋਲ ਆਪਣਾ ਇੱਥੇ ਚੱਲ ਰਿਹਾ ਕਾਈਟ ਚੈਲੰਜ ਐਂਦਾ ਤੇ ਕਿੱਧਰ ਗਿਆ ਤੂੰ ਐਂਦਾ ਦੇਖਦੇ ਹੁਣ ਕੌਣ ਜਿੱਤਦਾ ਇਹਨਾਂ ਤੋਂ ਲੈ ਚੱਕਦੇ ਹੋਏ ਪ੍ਰਿੰਸ ਦਾ ਅਨਮੋਲ ਦਾ ਉੱਡ ਨਹੀਂ ਨਾ ਦੇ ਮੈਂ ਕਹਿੰਦਾ ਲੈ ਘਰੇ ਖਿੱਚੀ ਲਾਇਆ ਮਾਰ ਖਿੱਚ ਮਾਰ ਅੱਜ ਵੱਢ ਕੇ ਦਿਖਾਉਣਾ ਆਪਾਂ ਠੀਕ ਹੈ ਪ੍ਰਿੰਸ ਅਨਮੋਲ ਦਾ ਵਿਚਾਰੇ ਨਾਲ ਬਾਹਲਾ ਧੱਕਾ ਹੋ ਜਾਂਦਾ ਅੱਜ ਤਾਂ ਯਾਰ ਹੁਣ ਅਨਮੋਲ ਕੀ ਕਰੇ ਵਿਚਾਰਾ ਰੋ ਵੀ ਨਹੀਂ ਸਕਦਾ ਹੋਏ ਅਨਮੋਲ ਨੂੰ ਜਾਣ ਕੇ ਛੇੜੀ ਰਵਾਈ ਉਹਨੂੰ ਅਨਮੋਲ ਜਾ ਯਾਰ ਹੁਣ ਕੀ ਹੋਊਗਾ ਯਾਰ ਹੁਣ ਪ੍ਰਿੰਸ ਅਨਮੋਲ ਹੈ ਅਨਮੋਲ ਹੋਰ ਯਾਰ ਹੁਣ ਮਜ਼ਾ ਤਾਂ ਤੂੰ ਪਤੰਗ ਲੁੱਟਿਆ ਸੀ ਯਾਰ ਲਾੜੇ ਨੂੰ ਉਹਨੇ ਤੇਰਾ ਪਤੰਗ ਗਵਾਤਾ ਹੁਣ ਤੂੰ ਆਵੜਵਾ ਦੇ ਕੱਲ ਲਿਆ ਦੂੰ ਕੱਲ ਤੂੰ ਮਿਲਣਾ ਨਹੀਂ ਪਤਾ ਮੈਨੂੰ ਤੇਰਾ ਪਤੰਗ ਆ ਗਿਆ ਪਤੰਗ ਆ ਗਿਆ ਬਸ ਪਤੰਗ ਆ ਗਿਆ ਥੋੜੀ ਦੇਰ ਚ ਪ੍ਰਿੰਸ ਲੁੱਟਣ ਨੂੰ ਤਿਆਰ ਹੋ ਜਾਂਦੇ ਇਹਨੂੰ ਤਾਂ ਕਹਿਣ ਦੀ ਲੋੜ ਨਹੀਂ ਹੁੰਦੀ ਪਹਿਲਾਂ ਧਿਆਨ ਉੱਧਰ ਹੁੰਦਾ ਆ ਸਕਦਾ ਯਾਰ ਕਹਿ ਨਹੀਂ ਸਕਦੇ ਕੁਛ ਆ ਗਈ ਪਰੀ ਮੈਨੂੰ ਬਹੁਤ ਡੋਰਾ ਤੇ ਓਏ ਨਹੀਂ ਆਉਂਦੀ ਉਹਦੇ ਕੋਲ ਨਹੀਂ ਆਉਂਦੀ ਆਪਣੇ ਕੋਲ ਹੀ ਆ ਲੈ ਚੱਕ ਪੂਰੀ ਫੁੱਲ ਡੋਰਾਂ ਤੇ ਆ ਉੱਧਰ ਵੀ ਇੱਕ ਪਤੰਗ ਇੱਧਰ ਵੀ ਇੱਕ ਪਤੰਗ ਗਾਈਸ ਲੈ ਮੈਨੂੰ ਫੜਨ ਦੀ ਉਹਨਾਂ ਆ ਓਏ ਯਾਰ ਜਮਾਂ ਹੀ ਉੱਥੇ ਡੋਰ ਚੱਲੀ ਆ ਯਾਰ ਕੀ ਕਰੇ ਹੁਣ ਬੰਦਾ ਵਿਚਾਰਾ ਉਹ ਜਮਾਂ ਮੇਰੇ ਉੱਤੋਂ ਉਹ ਮੇਰੇ ਹੱਥ ਕੋਲੋਂ ਡੋਰ ਚੱਲੀ ਫੜੀ ਨਹੀਂ ਗਈ ਮੈਂ ਕਰਾਂ ਉਹੀ ਤਾਂ ਰੋਲਾ ਯਾਰ ਮਾੜੀ ਜੀ ਹੋਰ ਨੀ ਵੀ ਹੁੰਦੀ ਹੱਤੇ ਸੀ ਪਤੰਗ ਲਾਓ ਪੇਚਾ ਲਾ ਉਹਨੂੰ ਮਰ ਲਾਓ ਕਰੋ ਕਰੀ ਪੇਚੇ A few moments later ਅਨਮੋਲ ਅੱਜ ਤਾਂ ਤੂੰ ਮਹਿੰਗਾ ਹੀ ਨਾ ਓਏ
ਤੇਰੇ ਤਿੰਨ ਪਤੰਗੇ ਆਏ ਨੇ ਪਤੰਗੇ ਘੋਰ ਪਾੜ ਦੋ ਤੇ ਰੋਹਿਤ ਨੇ ਪੈਰ ਮਾਰਿਆ ਮੈਂ ਨਹੀਂ ਮਾਰਿਆ ਤੈਨੂੰ ਪਤਾ ਉੜਦਾ ਉੜਦਾ ਪਾਟੇ ਠੀਕ ਹੈ ਨਾ ਟੇਪ ਦੀ ਵਿਚਾਰੇ ਨਾਲ ਕਿਉਂ ਯਾਰ ਵਿਚਾਰੇ ਗਰੀਬ ਜਵਾਕ ਦਾ ਨੁਕਸਾਨ ਕਰਦੇ ਹੋ ਯਾਰ ਹੁਣ ਰੋਪੂ ਯਾਰ ਵਿਚਾਰਾ ਯਾਰ ਪਹਿਲਾਂ ਇਹਨਾਂ ਦਾ ਪਾਟਿਆ ਸੀ ਜਦੋਂ ਕੰਨ ਤੇ ਵੱਜਿਆ ਸਾਰੇ ਪਾਟ ਗਿਆ ਹੁਣ ਜੁੜੇਗਾ ਉਹ ਯਾਰ ਉਹ ਰੋਊਗਾ ਫਿਰ ਲੈ ਕੇ ਹੋਰ ਫਿਰਨਿਆ ਕਿਵੇਂ ਆ ਬਹੁਤ ਵਧੀਆ ਪੜਾਈ ਕਿਵੇਂ ਚੱਲਦੀ ਆ ਰੀਲਾ ਦੇਖ ਦੇਖ ਕੇ ਬਾਕੀ ਇਸ ਨੂੰ ਅਟੈਂਡ ਕਰਦੇ ਆਈ ਹੋਪ ਤੁਹਾਨੂੰ ਪਸੰਦ ਆਇਆ ਹੋਪ ਪਸੰਦ ਆਇਆ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਨੈਕਸਟ ਵੀਡੀਓ ਦਾ ਮੈਂ ਜਲਦੀ ਦੱਸੂ ਮਿਲਦੇ ਤੁਹਾਨੂੰ ਅਜੇ ਨੈਕਸਟ ਵਲੋਗ ਵਿੱਚ ਥੈਂਕ ਯੂ ਸੋ ਮਚ ਫੋਰ ਵਾਚਿੰਗ ਬਾਏ ਓ ਗਣੀ ਖਣੀ ਉੱਤੇ ਨਹੀਂ ਉਹ ਅੱਖ ਰੱਖਦਾ ਕਣ ਕਹਿਰ ਕਨੇ ਕਾਲਾ